ਹੈਲੋ ਸਤ ਸਪ एवरीवन ਅੱਜ ਆਪਾਂ ਗੱਲ ਕਰਾਂਗੇ ਵੀ ਰੀਕੈਪ ਆਵਰਸ ਬਾਰੇ ਗੱਲ ਕਰਾਂਗੇ ਇਦਾਂ ਕਿ ਲਾਗ ਬੁੱਕ ਜਿਹੜੀ ਲੌਗ ਆ ਉਹਦੇ ਵਿੱਚ ਆਪਾਂ ਨੂੰ ਜਿਹੜੀ ਸ਼ਿਫਟ ਮਿਲਦੀ ਆ ਆਪਾਂ ਨੂੰ 70 ਆਵਰ ਸਾਈਕਲ ਆ ਜਾਂ ਉਹ ਤੋਂ ਅੱਗੇ ਜਿਹੜੀ ਦੂਜੀ ਸਾਈਕਲ ਆ ਉਹਦੇ ਵਿੱਚ ਬੰਦਾ ਕਿਵੇਂ ਆਪਣੀ ਉਹ ਲਾਗ ਬੁੱਕ ਮੈਕਸਮਾਈਜ਼ ਕਰਕੇ ਆਲਵੇਜ਼ ਓਨ ਦਾ ਰੋਡ ਰਹਿ ਸਕਦਾ ਹੈ ਬੇਸਿਕਲੀ ਤੁਸੀਂ ਕਰਨਾ ਕੀ ਹੈ ਵੀ ਮੇਕ ਸ਼ੋਰ ਕਰਨਾ ਕਿ ਵੀ ਪਹਿਲੀ ਸ਼ਿਫਟ ਜਿਹੜੀ ਚਲਾਈ ਹੈ ਤੁਸੀਂ ਉਹ 70 ਆਵਰ ਸਾਈਕਲ ਚ ਔਰ ਤੁਸੀਂ ਮੈਕਸਮਾਈਜ਼ ਕੀਤੀ ਹੋਈ ਹੈ ਡਰਾਈਵ ਟਾਈਮ ਤੇ ਲਾਈਕ ਤੁਸੀਂ ਸਵੇਰੇ ਸਟਾਰਟ ਕੀਤਾ 8:00 ਔਰ 7:00 ਤੇ ਆਪਾਂ ਪੂਰੀ ਸ਼ਿਫਟ ਚਲਾਈ ਹੈ ਔਰ ਆਪਾਂ ਘੱਟ ਨਹੀਂ ਤੋਰੀ ਬੇਸਿਕਲੀ 4 ਘੰਟੇ ਨਹੀਂ ਚਲਾਈ 5 ਨਹੀਂ ਚਲਾਈ ਬਟ ਐਟ ਲੀਸਟ 10 9 10 11 ਆਵਰਸ ਕਵਰ ਕੀਤੇ ਸੋ ਜਦੋਂ ਆਪਣਾ ਇਹ 7 ਦਿਨ ਪੂਰੇ ਹੋ ਗਏ ਆਪਣੀ ਸਾਈਕਲ ਦੇ 1 2 3 4 5 6 7 70 ਦਿਨ 70 ਘੰਟੇ ਸੋਰੀ ਪੂਰੇ ਹੋ ਗਏ ਉਹਦੇ ਵਿੱਚ ਜਿਹੜੀ ਪਹਿਲੇ ਦਿਨ ਤੁਸੀਂ ਸ਼ਿਫਟ ਲਾਈ ਜਿਹੜੀ ਮੈਂ ਤੁਸੀ ਤੁਹਾਨੂੰ ਹੁਣੇ ਕਿਹਾ ਕਿ ਵੀ ਤੁਸੀਂ ਮੈਕਸਮਾਈਜ਼ ਕਰਨੀ ਹੈ ਉਹ ਸ਼ਿਫਟ ਉਹ ਕਿਉਂ ਕਰਨੀ ਹੁਣ ਮੈਂ ਦੱਸਣ ਲੱਗਾ ਤੁਹਾਨੂੰ ਬਿਕੋਜ਼ ਜਦੋਂ ਤੁਸੀਂ ਉਹ ਸ਼ਿਫਟ ਮੈਕਸਮਾਈਜ਼ ਕਰਦੇ ਹੋ ਉਸ ਜਿਹੜੀ 8th ਡੇਸ 8th ਦੇ ਆ ਆਪਣਾ ਸਾਈਕਲ ਮੁੱਕ ਜਾਂਦੀ 70 ਹਾਅਰ 70 ਹਾਅਰ ਤੋਂ ਬਾਅਦ ਜਿਹੜੇ ਅਗਲੇ ਦਿਨ ਆਉਣੇ ਆ ਸੋ ਰੀਕੈਪ ਆਵਰ ਜਦੋਂ ਆਉਂਦੇ ਰੋਲਿੰਗ ਆਵਰਸ ਦੀ ਕਹਿੰਦੇ ਇਹਨੂੰ ਤੇ ਉਹ ਜਿਹੜੀ 8ਥ ਡੇ ਆ 7th ਟੂ 8th ਜਿਹੜਾ ਮਿਡਨਾਈਟ ਟਰਾਂਜੀਸ਼ਨ ਆ ਉਹ ਪਹਿਲੀ ਸ਼ਿਫਟ ਜਿਹੜੀ ਜੇਕਰ ਤੁਸੀਂ 10 ਘੰਟੇ ਚਲਾਈ ਹੈ ਉਹ 10 ਘੰਟੇ ਤੁਹਾਨੂੰ 8ਵੇਂ ਦਿਨ ਵਾਪਸ ਆਉਣਗੇ ਸੋ ਦੂਜੇ ਦਿਨ ਜੇ ਮੈਂ ਤੁਸੀਂ ਮੰਨ ਲਿਆ ਵੀ 8 ਘੰਟੇ ਚਲਾਈ ਹੈ ਉਹਨਾਂ 8 ਘੰਟੇ ਪਲੱਸ ਜਿਹੜਾ ਕਿ ਤੁਸੀਂ ਆਨ ਡਿਊਟੀ ਟਾਈਮ ਪੀਟੀਆ ਵਗੈਰਾ ਪਾਇਆ ਉਹ ਦੋਨੇ ਮਿਲਾ ਕੇ ਤੁਹਾਨੂੰ 9ਵੇਂ ਦਿਨ ਆਉਣਗੇ 10ਵੇਂ ਦਿਨ ਆਉਣਗੇ ਤੇ ਉਹ ਸਾਰੀ ਸਾਈਕਲ ਜਿਹੜੀ ਆ ਪਹਿਲਾ ਜਿੰਨੇ ਦਿਨ ਤੁਸੀਂ ਜਲਾਇਓ ਉਹ ਅੱਗੇ ਆਉਂਦੇ ਰਹਿਣਗੇ ਬੇਸਿਕਲੀ ਤੁਸੀਂ ਕੈਲੀ ਜਾ ਕੇ ਵਾਪਸ ਆ ਸਕਦੇ ਆ ਰੀਕੈਪ ਤੇ ਉਹਦੇ ਵਿੱਚ ਇੱਕ ਆ ਇਸ਼ੂ ਹੈਗਾ ਕਿ ਬਟ ਤੁਸੀਂ ਪਹਿਲਾ ਦਿਨ ਜਿਹੜਾ ਹੈ ਮੈਕਸਮਾਈਜ਼ ਕਰਨਾ बिकॉज ਆਲਮੋਸਟ ਏਵਰੀ ਅਦਰ ਡੇ ਤੁਸੀਂ ਮੈਕਸਮਸ ਕਰਕੇ ਹੀ ਚੱਲੋਗੇ ਨਹੀਂ ਤਾਂ ਕੈਲੀ ਪਹੁੰਚੋਗੇ ਨਹੀਂ ਟਾਈਮ ਨਾਲ ਸੋ ਪਹਿਲੀ ਸ਼ਿਫਟ ਬੰਦਗੀ ਕਰਦੇ ਆ ਨਾ ਉਹ ਬੱਡਰ ਟੱਪਦੇ ਸੋ ਜਾਂਦੇ ਕਿਤੇ ਸੋ ਉਹਦੇ ਵਿੱਚ ਚੱਕਰ ਪੈਂਦਾ ਵੀ ਰੀਕੈਪ ਕਾਮਯਾਬ ਨਹੀਂ ਆ ਬਟ ਕਿਉਂਕਿ ਜਦੋਂ ਰੀਕੈਪ ਜੇ ਤੁਹਾਨੂੰ 4 ਘੰਟੇ ਆਉਂਦੇ ਹੋਣ ਫਿਰ ਤੁਸੀਂ ਕੀ ਕਹੋਗੇ ਤੁਸੀਂ ਕਹੋਗੇ ਵੀ ਚਲੋ ਰੀਸੈਟ ਕਰ ਲੈਨੇ 36 ਘੰਟੇ ਬੈਟਰ ਆ ਮੇਰੇ ਲਈ ਹਨ ਬਟ ਜਦੋਂ ਤੁਸੀਂ 10 ਘੰਟੇ ਮੈਕਸਮਾਈਜ਼ ਕੀਤਾ ਉਹਦੇ ਪਹਿਲੇ ਦਿਨ ਰੀਕੈਪ ਦਾ ਜੜਾ ਆਊਗਾ ਉਹ 10 11 ਘੰਟੇ ਆਉਣਗੇ ਉਹ ਬੈਨੇਫੀਸ਼ੀਅਲ ਇਸ ਲਈ ਕਿ ਤੁਸੀਂ ਤੁਰ ਸਕਦੇ ਆ ਵਾਪਸੀ ਗਾਰਡ ਨੂੰ ਆ ਸਕਦੇ ਆ ਵਾਪਸ ਘਰਾਂ ਨੂੰ ਆ ਸਕਦੇ ਸੋ ਇੱਕ ਮੈਂ ਤੁਹਾਨੂੰ ਚਾਰਟ ਕਿਸੇ ਦੀ ਲੌਕ ਖੋਲ ਕੇ ਮੈਂ ਤੁਹਾਨੂੰ ਸਕਰੀਨਸ਼ਾਟ ਦੇ ਕੇ ਦਿਖਾ ਸਕਦਾ ਕਮੈਂਟਾਂ ਦੇ ਵਿੱਚ ਜੇ ਤੁਹਾਨੂੰ ਹੋਰ ਕੋਈ ਕੁਐਸਚਨ ਆ ਈਲੌਗ ਬਾਰੇ ਤੁਸੀਂ ਕਰ ਸਕਦੇ ਹੋ ਕਮੈਂਟਾਂ 'ਚ ਬਟ ਆ ਮੇਰਾ ਇਹ ਡਰਾਈਵਰ ਦੇ ਪੱਖੋਂ ਜਿਹੜਾ ਵੀ ਉਹਨਾਂ ਨੂੰ ਇਦਾਂ ਦੇਖਣਾ ਚਾਹੀਦਾ ਵੀ ਆਪਣਾ ਡਰਾਈਵ ਟਾਈਮ ਕਿਦਾਂ ਮੈਕਸਮਾਈਜ਼ ਕਰੀਏ ਤੇ ਮੋਸਟਲੀ ਕੰਪਨੀਆਂ ਜਿਹੜੀ 70 ਆਵਰ ਸਾਈਕਲ ਆ ਉਹਨੂੰ ਚੇਂਜ ਨਹੀਂ ਕਰਦੀ ਕਿਉਂਕਿ ਉਹਨਾਂ ਨੂੰ ਰੀਸੈਟ 'ਚ ਪ੍ਰੋਬਲਮ ਆ ਤੇ 3 ਦਿਨ ਤੋਂ ਬਾਅਦ ਉਹ ਟਰੱਕ ਖੜਨਾ ਨਹੀਂ ਚਾਹੁੰਦੇ ਆਪਣੇ ਇਹ ਚੱਕਰ ਆ ਸੋ ਤੁਸੀਂ ਦੇਖਦੇ ਰਹੋ ਤੇ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਹਜੇ ਤੱਕ ਬਹੁਤ ਵਧੀਆ ਰਿਸਪੌਂਸ ਆ ਚੈਨਲ ਤੇ ਸੋ ਆਈ ਹੋਪ ਯੂ ਗੈਟ ਕੀਪ ਇਟ ਅਲਕੀਪ ਪੋਸਟਿੰਗ ਵੀਡੀਓਜ਼ ਲਾਈਕ ਦਿਸ ਅਮ ਸਟਫ ਲਾਈਕ ਦਿਸ ਇਸ ਵੈਲਿਊਏਬਲ ਜਦੋਂ ਵੀ ਤੁਸੀਂ ਡਿਸਪੈਚਰਾਂ ਚ ਡਰਾਈਵਰਾਂ ਹਾ ਈ-ਲੌਗ ਬਾਰੇ ਦਾ ਇਨਫੋਰਮੇਸ਼ਨ ਹਰ ਇੱਕ ਪਾਸੇ ਚੱਲਦੀ ਹੈ ਸੋ ਅਮ ਆਈ ਹੋਪ ਯੂ ਲਾਈਕ ਇਟ ਸ਼ੇਅਰ ਇਟ ਇਫ ਯੂ ਲਾਈਕ ਇਟ ਐਂਡ ਇਫ ਯੂ haven't subscribed ਯੂ ਕੈਨ ਕਲਿਕ ਦ ਸਬਸਕ੍ਰਾਈਬ ਬਟਨ ਰਾਈਟ ਨਾਓ Thank you for watching.